ਚੋਰਾਂ ਤੋਂ ਸੁਰੱਖਿਅਤ ਨਹੀਂ ਰਹੇ ਨੂਰਪੁਰ ਬੇਦੀ ਇਲਾਕੇ ਦੇ ਗੁਰੂ ਘਰ। ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਆਉਂਦੇ ਥਾਣਾ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਕੋਲਾਪੁਰੋਂ ਤੇ ਰਾਏਪੁਰ ਦੇ ਗੁਰੂ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਬੀਤੀ ਰਾਤ ਗੁਰੂ ਘਰ ਦੀ ਗੋਲਕ ਲੈ ਕੇ ਫਰਾਰ ਹੋ ਗਏ। ਇਸ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਆਏ ਤਾਂ ਦੇਖਿਆ ਕਿ ਗੁਰੂ ਘਰ ਦੀ ਗੋਲਕ ਗਾਇਬ ਸੀ, ਜਿਸ ਦੀ ਸੂਚਨਾ ਉਹਨਾਂ ਨੇ ਪੁਲਿਸ ਨੂੰ ਦਿੱਤੀ। ਹੋਇਆ ਜੀ, ਮੇਰਾ ਬੇਟਾ ਆਉਂਦਾ ਇੱਥੇ ਸੇਵਾ ਕਰਨ, ਉਹ ਆਇਆ 4 ਵਜੇ। 4 ਵਜੇ ਤੋਂ ਜਦ ਆਇਆ ਉਹਨੇ ਮਹਾਰਾਜ ਲੈਟਾਂ ਵਾਲੀਆਂ ਅੰਦਰੋਂ ਮਹਾਰਾਜ ਚੱਕ ਲਿਆ। ਜਦ ਆ ਕੇ ਦੇਖੇ ਤਾਂ ਇੱਥੇ ਗੋਲਕ ਸਾਹਿਬ ਹੈ ਨਹੀਂ, ਅਤੇ ਉਹਨਾਂ ਨੇ ਮਹਾਰਾਜ ਪ੍ਰਕਾਸ਼ ਕਰਨਾ ਸੀ, ਅਜੇ ਕਰਿਆ ਨਹੀਂ। ਉਹਦੇ ਅੰਦਰ ਆ ਕੇ ਫਿਰ ਉਹਨਾਂ ਨੇ ਇਹਨੂੰ ਸੁਰਿੰਦਰ ਸਿੰਘ ਨੂੰ ਦੱਸਣ ਚੱਲ ਗਏ। ਸੁਰਿੰਦਰ ਸਿੰਘ ਆ ਤਾਂ ਮੈਨੂੰ ਫੋਨ ਕੀਤਾ, ਜਿਹੜੇ ਹੋਰ ਤੇ ਉਹਨਾਂ ਨੂੰ ਫੋਨ ਕੀਤਾ ਸੀ, ਆ ਕੇ ਜਦ ਇੱਥੇ ਪਤਾ ਲੱਗਾ ਤਾਂ ਇਹ ਕੁਛ ਹੋ ਗਿਆ ਜੀ। ਇਹ ਅਸੀਂ ਰੋਜ਼ ਤਰ੍ਹਾਂ ਨਿਤਨੇਮ ਕਰਨ ਨੂੰ ਗੁਰਦੁਆਰਾ ਸਾਹਿਬ ਆਉਂਦਾ ਸੀ। ਜਦੋਂ ਮੈਂ ਗੁਰਦੁਆਰਾ ਸਾਹਿਬ ਆਇਆ ਤਾਂ ਉਸ ਟਾਈਮ ਬਾਹਰਲਾ ਜਿੰਦਾ ਬੰਦ ਸੀ, ਅੰਦਰਲਾ ਜਿੰਦਾ ਖੁੱਲ੍ਹਾ ਸੀ। ਅੰਦਰਲਾ ਜਿੰਦਾ ਖੁੱਲ੍ਹ ਕੇ ਮੈਂ ਸੋਚਿਆ ਸ਼ਾਇਦ ਜੋ ਰਾਤ ਨੂੰ ਲਾਉਂਦੇ ਆ, ਨਹੀਂ ਲਗਾਇਆ। ਫਿਰ ਉਸ ਤੋਂ ਬਾਅਦ ਮੈਂ ਅੰਦਰ ਜਿੰਦਾ ਖੋਲ੍ਹ ਕੇ ਲੈਟਾਂ ਜਗਾਈਆਂ ਮਹਾਰਾਜ ਵਗੈਰਾ ਤੋਂ ਅੱਗੇ ਆਇਆ, ਦੇਖਿਆ ਤਾਂ ਗੋਲਕ ਨਹੀਂ ਪਈ ਸੀ। ਫਿਰ ਮੈਂ ਜਾ ਕੇ ਕਮੇਟੀ ਮੈਂਬਰਾਂ ਨੂੰ ਲੈ ਕੇ ਆਇਆ, ਉਹਨਾਂ ਨੇ ਦੇਖਿਆ ਵੀ ਗੋਲਕ ਨਹੀਂ ਹੈ, ਅਤੇ ਸਭ ਕੁਛ ਚੈੱਕ ਕਰਕੇ ਫਿਰ ਉਹਨਾਂ ਬਾਅਦ 'ਚ ਦਿਨ ਚੜ੍ਹਦੇ ਉਹ ਦੇਖਿਆ ਕਿ ਗੋਲਕ ਖੇਤਾਂ ਵਿੱਚ ਪਈ ਸੀ। ਮੈਂ ਰੋਜ਼ ਦਰ ਨਿਤਨੇਮ ਕਰਕੇ ਆਪਣਾ ਘਰ ਚਲੇ ਗਿਆ। ਪੁਲਿਸ ਨੂੰ ਜਾਣਕਾਰੀ ਦਿੱਤੀ ਹੈ, ਪੁਲਿਸ ਆਈ ਹੈ ਅਤੇ ਉਹਨਾਂ ਨੇ ਆ ਕੇ ਤਫਤੀਸ਼ ਕੀਤੀ, ਗੋਲਕ ਚੱਕ ਕੇ ਲਿਆਉਂਦੀ ਹੈ, ਗੁਰਦੁਆਰਾ ਸਾਹਿਬ ਰੱਖੀ ਹੈ। ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ। ਜੀ, ਸਵੇਰੇ ਸਾਡਾ ਕ੍ਰਾਂਤੀ ਸਿੰਘ 4 ਵਜੇ ਆਇਆ ਇੱਥੇ ਗੁਰਦੁਆਰਾ ਸਾਹਿਬ ਵਿਖੇ, ਅਤੇ ਆ ਕੇ ਉਹਨਾਂ ਨੇ ਜਦੋਂ ਪ੍ਰਕਾਸ਼ ਕਰਨ ਲੱਗੇ ਜਾਂ ਦੇਖਿਆ ਗੋਲਕ ਸਾਹਿਬ ਇੱਥੇ ਹੈ ਨਹੀਂ ਸੀਗਾ। ਫਿਰ ਉਸੇ ਟਾਈਮ ਉਹ ਘਰ ਮੇਰੇ ਕੋਲ ਜਾ ਕੇ ਮੇਰਾ ਗੇਟ ਖੜਕਾਇਆ, ਉਹਨਾਂ ਨੇ ਦੱਸਿਆ ਜਾ ਕੇ ਵੀ ਗੁਰਦੁਆਰਾ ਸਾਹਿਬ ਚੋਰੀ ਹੋ ਗਈ, ਉੱਥੇ ਗੋਲਕ ਨਹੀਂ ਹੈ। ਫਿਰ ਜਦ ਮੈਂ ਉਹਨਾਂ ਨੂੰ ਪੁੱਛਿਆ ਕਿ ਕਹਿੰਦੇ ਬਾਹਰ ਦਾ ਗੇਟ ਜਿਹੜਾ ਮੇਨ ਦਰਵਾਜ਼ਾ ਸੀ ਗੇਟ ਦਾ ਉਹ ਬੰਦ ਸੀ, ਦਰਵਾਜ਼ਾ ਉਹਨੂੰ ਤਾਲਾ ਲੱਗਿਆ ਸੀਗਾ, ਕੰਧ ਉੱਪਰੋਂ ਚੋਰ ਟੱਪ ਕੇ ਆਏ। ਜਿਹੜਾ ਦਰਬਾਰ ਸਾਹਿਬ ਦਾ ਦਰਵਾਜ਼ਾ ਸੀਗਾ ਉਹਦਾ ਤਾਲਾ ਤੋੜਿਆ ਹੋਇਆ ਸੀ, ਉਹਨਾਂ ਨੇ ਪਤਾ ਨਹੀਂ ਖੋਲ੍ਹਿਆ ਜਾਂ ਤੋੜਿਆ। ਫਿਰ ਆ ਕੇ ਜਦ ਦੇਖਿਆ ਤਾਂ ਗੋਲਕ ਸਾਹਿਬ ਹੈ ਨਹੀਂ ਸੀ ਇੱਥੋਂ। ਗੋਲਕ ਸਾਹਿਬ ਉਹ ਲੈ ਕੇ ਫਿਰ ਅਸੀਂ ਜਦੋਂ ਸਾਰੇ ਇੱਥੇ ਹੋਰ ਕਮੇਟੀ ਮੈਂਬਰਾਂ ਨੂੰ ਅਸੀਂ ਇੱਥੇ ਸਾਰਿਆਂ ਨੂੰ ਬੁਲਾਇਆ, ਉਸ ਤੋਂ ਬਾਅਦ ਜਦ ਲੋਕਾਂ ਦਿਨ ਚੜ੍ਹਿਆ ਦੇਖਿਆ ਖੇਤਾਂ ਦੇ ਵਿੱਚ ਪਈ ਸੀ ਗੋਲਕ ਕੁਆਂਦੇ ਦੇ ਵਿੱਚ ਕੁਆਰਾ ਪਰਾਲੀ ਰੋਡ ਦੇ ਉੱਤੇ। ਫਿਰ ਅਸੀਂ ਜਾ ਕੇ ਉੱਥੇ ਪੁਲਿਸ ਰਿਪੋਰਟ ਵੀ ਕਰਾਈ ਨੂਰਪੁਰ ਸਾਹਿਬ, ਉੱਥੇ ਨੂਰਪੁਰ ਥਾਣੇ ਦੇ ਵਿੱਚ ਜਾ ਕੇ। ਹਾਂਜੀ, ਇਸ ਵਾਰਦਾਤ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਚੋਰ ਗੋਲਕ ਲੈ ਕੇ ਫਰਾਰ ਹੋ ਜਾਂਦਾ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਤੋਂ ਬਾਅਦ ਪਾਇਆ ਕਿ ਚੋਰ ਗੋਲਕ ਨੂੰ ਖਾਲੀ ਕਰਕੇ ਗੁਰੂ ਘਰ ਤੋਂ ਕੁਝ ਹੀ ਦੂਰੀ 'ਤੇ ਸੁੱਟ ਗਏ ਸਨ। ਇਸ ਸੰਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਨੂਰਪੁਰ ਬੇਦੀ ਤੋਂ ਅਜੀਤ ਵੈਬ TV ਲਈ ਹਰਦੀਪ ਸਿੰਘ ਢੀਂਡਸਾ ਦੀ ਰਿਪੋਰਟ। ਸਭਾ ਗੁਰਦੁਆਰਾ ਦੀ ਗੋਲਕ ਚੋਰੀ ਹੋਈ ਹੈ ਰਾਤ ਦੇ ਸਮੇਂ ਵਿੱਚ ਜੀ, ਅਤੇ ਅਸੀਂ ਆਏ ਹਾਂ ਹੁਣ ਇੱਥੇ, ਅਤੇ ਆ ਕੇ ਇੱਥੇ ਕੈਮਰੇ ਦੀ ਫੁਟੇਜ ਕਢਾਉਣ ਬਾਰੇ ਬੰਦੇ ਨੂੰ ਬੁਲਾਇਆ ਨੂਰਪੁਰ ਬੇਦੀ ਤੋਂ, ਵੀ ਇਹਦੀ ਗਾਹਕ ਪੜਤਾਲ ਚੱਲੀ ਹੈ, ਜੋ ਵੀ ਤਰ ਸਾਹਮਣੇ ਆਊਗੀ ਉਹਦੀ ਕਾਰਵਾਈ ਕੀਤੀ ਜਾਊਗੀ।